ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ। ਤੁਸੀਂ ਦੇਖ ਰਹੇ ਹੋ ਟੂਰਿਸਟਲ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ਚੈਨਲ। ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ। ਸਾਡੇ ਇੱਕ ਸਟੂਡੈਂਟ ਦਾ ਜਿਹੜਾ ਵੀਜ਼ਾ ਲੱਗ ਕੇ ਆਇਆ ਯੂਕੇ ਸਟੱਡੀ ਵੀਜ਼ੇ ਦੀ ਮੈਂ ਗੱਲ ਕਰ ਰਿਹਾ। ਮੇਰੇ ਹੱਥ 'ਚ ਪਾਸਪੋਰਟ ਹੈ ਦੋਸਤੋ, ਪਾਸਪੋਰਟ 'ਤੇ ਲੱਗਿਆ ਹੋਇਆ ਹੈਗਾ ਯੂਕੇ ਦਾ ਸਟੱਡੀ ਵੀਜ਼ਾ। ਮੇਰੇ ਨਾਲ ਖੜੇ ਨੇ ਜਸਵਿੰਦਰ ਕੌਰ, ਇਹ ਪਿੰਡ ਚਾਚੋ ਮਾਜਰਾ ਮੋਹਾਲੀ ਦੇ ਕੋਲ ਪਿੰਡ ਹੈ, ਉੱਥੋਂ ਬਿਲੋਂਗ ਕਰਦੇ ਨੇ। ਅਤੇ ਸਭ ਤੋਂ ਪਹਿਲਾਂ ਆਪਾਂ ਮੁਬਾਰਕਬਾਦ ਦਿੰਦੇ, ਕੰਗਰੈਚੁਲੇਸ਼ਨ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਸਵਿੰਦਰ, ਤੁਹਾਡਾ ਜਿਹੜਾ ਵੀਜ਼ਾ ਉਹ ਲੱਗ ਕੇ ਆਇਆ। ਜਸਵਿੰਦਰ, ਤੁਸੀਂ ਸਾਡੇ ਬਾਰੇ, ਸਾਡੀ ਕੰਪਨੀ ਬਾਰੇ ਦੋ ਸ਼ਬਦ ਕੀ ਕਹਿਣਾ ਚਾਹੋਗੇ? ਕਿ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਕਿ ਇਹਨਾਂ ਦੀ ਸਰਵਿਸ ਬਹੁਤ ਵਧੀਆ ਹੈ। ਐਂਡ ਮੈਂ ਬਹੁਤ ਜ਼ਿਆਦਾ ਟੈਨਸ਼ਨ 'ਚ ਸੀਗੀ ਕਿ ਮੇਰਾ ਇੰਟਰਵਿਊ ਆਏਗਾ, ਬਟ ਮੇਰਾ ਕੋਈ ਇੰਟਰਵਿਊ ਨਹੀਂ ਆਇਆ। ਅਤੇ ਅੱਜ ਮੈਨੂੰ ਮੇਰਾ ਵੀਜ਼ਾ ਮਿਲ ਗਿਆ ਹੈ ਅਤੇ ਮੈਂ ਬਹੁਤ ਖੁਸ਼ ਹਾਂ। ਅਤੇ ਮੈਂ ਇੰਦਰਜੀਤ ਸਰ ਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ। ਥੈਂਕ ਯੂ ਸੋ ਮਚ ਸਰ। ਓਕੇ, ਥੈਂਕ ਯੂ ਜਸਵਿੰਦਰ। ਦੋਸਤੋ, ਇਹਨਾਂ ਦਾ ਜਿਹੜਾ ਵੀਜ਼ਾ ਹੈਗਾ ਨਾ, ਵਿਦਾਊਟ ਇੰਟਰਵਿਊ ਤੋਂ ਆਇਆ। ਸੋ ਜੇਕਰ ਤੁਹਾਡੀ ਡਾਕੂਮੈਂਟੇਸ਼ਨ ਪੂਰੀ ਹੈ, ਤੁਹਾਡੇ ਕੋਲ ਪ੍ਰੋਪਰ ਤੁਸੀਂ ਆਈਲੈਟਸ ਕੀਤਾ ਹੋਇਆ ਹੈਗਾ, ਤੁਹਾਡੀ ਪਰਸੈਂਟੇਜ ਵਧੀਆ ਹੈਗੀ ਹੈ, ਤਾਂ ਤੁਹਾਡਾ ਵੀ ਇੰਟਰਵਿਊ ਜਿਹੜੇ ਹੋਣ ਦੇ ਚਾਂਸਿਸ ਬਹੁਤ ਘੱਟ ਨੇ, ਕਿਉਂਕਿ ਜਸਵਿੰਦਰ ਕੌਰ ਦਾ ਵਿਦਾਊਟ ਇੰਟਰਵਿਊ ਜਿਹੜਾ ਹੈਗਾ ਯੂਕੇ ਦਾ ਸਟੱਡੀ ਵੀਜ਼ਾ ਲੱਗਿਆ ਹੈਗਾ। ਸੋ ਕਿਸੇ ਨੇ ਵੀ ਕਿਸੇ ਵੀ ਕੰਟਰੀ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਹੋਵੇ, ਚਾਹੇ ਆਸਟ੍ਰੇਲੀਆ ਦਾ, ਕੈਨੇਡਾ ਦਾ ਜਾਂ ਯੂਕੇ ਦਾ, ਸ਼ੈਨੇਗਨ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਸਕਰੀਨ 'ਤੇ ਦਿੱਤੇ ਹੋਏ ਨੰਬਰ 'ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।